Hey, y'all, come look at this. ਮੇਰਾ ਨਾਮ ਭਗਤ ਸਿੰਘ ਦੋਬੀ ਹੈ ਜੀ। ਕੀ ਕਿਸ ਤਰ੍ਹਾਂ ਸੰਬੰਧ ਰਿਹਾ ਦੀਪ ਸਿੱਧੂ ਨਾਲ ਤੁਹਾਡਾ? ਕਿੱਥੇ ਤੁਸੀਂ ਮਿਲੇ ਤੇ ਕੀ ਅੱਜ ਇੱਥੇ ਆਉਣ ਦਾ ਕੀ ਮਕਸਦ ਹੈ? ਮੈਂ ਆਪਣੇ ਰਾਂਡੇਰੋ ਨੇ ਸ਼ੁਰੂ ਕਰਤਾ ਕਿ ਜਦੋਂ ਅੰਮ੍ਰਿਤਪਾਲ ਦੀਆਂ ਗੱਲਾਂ ਸੁਣਦੇ ਆ, ਅੰਮ੍ਰਿਤਪਾਲ ਦੀਆਂ ਗੱਲਾਂ ਉਹ ਬੜੀਆਂ ਤੱਤੀਆਂ ਗੱਲਾਂ ਕਰਦਾ ਹੈ, ਮੁੰਡਿਆਂ ਨੂੰ ਜੋਸ਼ ਭਰਦਾ। ਅਰੇ ਕਹਿਣਾ ਕੀ ਚਾਹਤੇ ਹੋ? ਬਹੁਤ ਸਾਰੇ ਬਾਬਿਆਂ ਨੇ ਬਹੁਤ ਸਾਰੀਆਂ ਤੱਤੀਆਂ ਗੱਲਾਂ ਕੀਤੀਆਂ ਤੇ ਉਹ ਜਿਹੜੇ ਮੁੰਡੇ ਘਰਾਂ ਚੋਂ ਜਾ ਚੁੱਕੇ ਸੀ, ਜਿਹੜੇ ਆਸਰਾ ਪਾਲਦੇ ਸੀ, ਜਿਹੜੇ ਸਰਕਾਰ ਨਾਲ ਟੱਕਰਨਾ ਚਾਹੁੰਦੇ ਸੀ, ਉਹਨਾਂ ਦਾ ਸ਼ਿਕਾਰ ਖੇਲਿਆ ਗਿਆ ਤੱਤੀਆਂ ਗੱਲਾਂ ਕਰਕੇ। ਉਸ ਜ਼ਮਾਨੇ 'ਚ ਇਹ ਹੋਇਆ ਸਾਨੂੰ ਪਤਾ, ਉਹ ਮੁੰਡੇ ਪਹੁੰਚੇ ਨੇ ਤੱਤੀਆਂ ਗੱਲਾਂ ਕਰਨ ਵਾਲਿਆਂ ਕੋਲ ਤੇ ਬਾਅਦ 'ਚ ਮੁੰਡੇ ਕਿੱਥੇ ਮਿਲੇ ਨੇ ਸਾਨੂੰ ਪਤਾ। ਜਸਵੰਤ ਸਿੰਘ ਖਾਲੜਾ ਕਮਿਸ਼ਨ ਖੜਿਆ ਅੱਜ ਵੀ। ਹਾਏ ਮੈਂ ਮਰ ਗਈ। ਜਿਹੜਾ ਕੌਮੀਅਤ ਦੀ ਸਾਡੀ ਗੱਲ ਕਰਦਾ ਸੀ, ਆਪ ਹੀ ਉਹਨੂੰ ਢਾ ਲੈਂਦੇ ਆ ਵੀ ਨਹੀਂ ਯਾਰ ਤੂੰ ਸਾਡੇ ਛਿੱਤਰ ਪਾਉਂਗਾ, ਇਹ ਬੰਦੇ ਮਰਵਾਉਗਾ ਸਾਡੇ। ਉਹ ਬੰਦੇ ਤਾਂ ਸਾਡੇ ਮਾਰਨੇ ਹੀ ਆ, 3.5 ਲੱਖ ਬੰਦੇ ਮਾਰਤੇ ਤੇ ਫਿਰ ਲਾਣਾ ਤਾਂ ਸਾਡੇ ਤੇ। ਰੁਕੋ ਜਰਾ, ਸਬਰ ਕਰੋ। ਦੀਪ ਤੱਤੀਆਂ ਗੱਲਾਂ ਕਰ ਸਕਦਾ ਸੀ, ਦੀਪ ਵੀ ਕਹਿ ਸਕਦਾ ਸੀ, ਵੱਡੇ ਵੱਡੀਆਂ ਗੱਲਾਂ ਕਰ ਸਕਦਾ ਸੀ ਵੀ ਆਓ ਇਕੱਠੇ ਹੋ ਜਾਈਏ, ਆਓ ਸਿਰ ਤੇ ਕਫਨ ਮੰਗ ਲਈਏ, ਉਹਨੇ ਨਹੀਂ ਕੀਤੀਆਂ। ਵੇਟ ਅ ਮਿੰਟ, ਮੈਂ ਤਾਂ ਘਰੇ ਕਹਿ ਕੇ ਆਇਆ ਵੀ ਬਾਈ ਜੀ ਤੇ ਕੁਝ ਵੀ ਹੋ ਸਕਦਾ ਸਿਰ ਦੇਣੇ ਪੈਣ, ਕਿਉਂਕਿ ਜਦੋਂ ਸੰਘਰਸ਼ ਲੜੀਦੇ ਆ ਉਦੋਂ ਮੌਤ ਦਾ ਡਰ ਚੱਕ ਕੇ ਲੜੀਦੇ ਆ। ਗਜਬ ਬੇਇੱਜ਼ਤੀ ਹੈ। ਅਭੀ ਮਜ਼ਾ ਆਏਗਾ ਨਾ ਭਿੜੋ। ਹਾਂਜੀ, ਤੁਸੀਂ ਪਹਿਲੇ ਆਪਣਾ ਇੰਟਰੋਡਕਸ਼ਨ ਦਿਓ, ਕਿਸ ਤਰ੍ਹਾਂ ਤੁਸੀਂ ਸਿੱਧੂ ਬਾਈ ਨਾਲ ਜੁੜੇ? ਕਿਸ ਤੇ ਪਾਉ ਅਸੀਂ ਦੱਸ ਦਿੰਨੇ ਆ ਜੇ ਤੈਨੂੰ ਨਹੀਂ ਪਤਾ ਤੇ ਛੇਲੇ ਦੀ ਨੇ ਮੂਡ ਆਫ ਕਰਕੇ ਰੱਖਤਾ ਵੀਰੇ। ਜਲ 26 ਜਨਵਰੀ ਵਾਲੇ ਦਿਨ ਜੋ ਹੋਇਆ ਉਹਦੇ ਤੋਂ ਬਾਅਦ ਮਨ ਨੂੰ ਇੱਕ ਲੱਗਾ ਕਿ ਯਾਰ ਸਾਡੇ ਅਕਾਲ ਤਖਤ ਤੇ ਜਦੋਂ ਫੌਜਾਂ ਚੜੀਆਂ ਸੀ ਇਹਨਾਂ ਨੇ ਝੰਡੇ ਫਹਿਰਾਏ ਸੀ ਤੇ ਅੱਜ ਅਸੀਂ ਫਿਰ ਲਾਲ ਕਿਲੇ ਪਹੁੰਚ ਗਏ। ਯਾਨੀ ਕਿ ਇੱਕ ਕਿਸਮ ਦਾ ਤੁਸੀਂ ਕਹਿ ਲਓ ਮਨ ਦੇ ਵਿੱਚ ਇੱਕ ਸਕੂਨ ਜਿਹਾ ਭਰ ਗਿਆ ਕਿ ਸ਼ਾਇਦ ਅੱਜ ਜੋ ਹੋਇਆ ਸਹੀ ਹੋਇਆ। ਜਦੋਂ ਦੀਪ ਸਿੱਧੂ ਨੂੰ ਕਿਹਾ ਗਿਆ ਵੀ ਹੁਣ ਰੋਕੀ ਥੇ ਤੇ ਉਹਨੇ ਭੱਜਣਾ ਚਾਹਿਆ ਤੇ ਜਦੋਂ ਭੱਜਿਆ ਤੇ ਫਿਰ ਮਗਰ ਬਜ਼ੁਰਗ ਤੇ ਬੰਦੇ ਵੀ ਦੌੜੇ ਨੇ, ਪਰ ਉਹ ਪੂਰੀ ਸਪੀਡ ਨਾਲ ਦੌੜਿਆ। ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਪਹਿਲਾਂ ਹੀ ਟ੍ਰੇਨਿੰਗ ਲੈ ਕੇ ਆਇਆ ਸੀ ਕਿ ਮੈਂ ਛੂਣ ਛਪਾਈ ਖੇਡਣੀ ਆ ਤੇ ਮੈਂ ਇੱਕ ਵਾਰੀ 100 ਮੀਟਰ ਦੀ ਰੇਸ ਦੇ ਵਿੱਚ ਪਹਿਲਾ ਸਥਾਨ ਹਾਸਲ ਕਰਨਾ। ਚਲੋ ਕਿਸੇ ਕਹਿ ਰਿਹਾ ਫੁਕਰਾ ਵਾਲਾ ਹੈ, ਇਹ ਗੱਲ ਦਾ ਸਪੱਸ਼ਟੀ ਕਰਨਾ, ਵਾਲਾ ਫੁਕਰਾ ਜਿਹੜਾ ਬੈਠਾ ਇਹ ਯਾਰ ਫੁਕਰੇ 5-7 ਹੋਣ, ਪੰਜਾਬ ਤਾਂ ਮੇਰੇ ਛੱਡਣੇ ਉਲਟਾ ਤਾ। ਲਾਨਤ ਸਾਡੇ ਤੇ ਆ,